ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਦੀ ਜਿਹੜੀ ਕਾਗਜ਼ਾਂ ਦੀ ਮਤਲਬ ਜਮ੍ਹਾਂ ਕਰਵਾਉਣ ਦੀ ਜਿਹੜੀ ਤਾਰੀਖ ਸੀ ਉਹ ਖਤਮ ਹੋ ਚੁੱਕੀ ਹੈ। ਲੇਕਿਨ ਦੋਸਤੋ, ਚੋਣਾਂ ਤੋਂ ਪਹਿਲਾਂ ਹੀ ਮਤਲਬ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਕਿ ਲੱਗਦਾ ਨਹੀਂ ਹੈ ਕਿ ਇਹ ਚੋਣਾਂ ਸਹੀ ਤਰੀਕੇ ਨਾਲ ਹੋਣਗੀਆਂ ਜਾਂ ਨਹੀਂ। ਖੈਰ, ਐਡਮਿਨਿਸਟ੍ਰੇਸ਼ਨ ਹੈ, ਕਾਨੂੰਨ ਹੈ, ਪੁਲਿਸ ਫੋਰਸ ਹੈ, ਲੇਕਿਨ ਚੋਣਾਂ ਤਾਂ ਜ਼ਰੂਰ ਹੋਣਗੀਆਂ। ਲੇਕਿਨ ਜਦੋਂ ਹੀ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਵੱਲੋਂ ਆਪਣੇ ਪਰਚੇ ਦਾਖਲ ਕਰਨ ਲਈ ਆਫਿਸ ਵਿੱਚ ਗਏ ਔਰ ਅਕਾਲੀਆਂ ਨੇ ਇਲਜ਼ਾਮ ਲਾਏ ਨੇ ਕਾਂਗਰਸ ਦੇ ਉੱਪਰ ਕਿ ਇਹਨਾਂ ਨੇ ਧੱਕੇਸ਼ਾਹੀ ਕੀਤੀ ਹੈ, ਔਰ ਦੂਸਰੇ ਪਾਸੇ ਕਾਂਗਰਸ ਨੇ ਅਕਾਲੀਆਂ ਦੇ ਉੱਪਰ ਇਲਜ਼ਾਮ ਲਾਏ ਨੇ ਕਿ ਇਹਨਾਂ ਨੇ ਪਹਿਲਾਂ ਧੱਕੇਸ਼ਾਹੀ ਸ਼ੁਰੂ ਕੀਤੀ ਹੈ। ਇਸ ਧੱਕੇਸ਼ਾਹੀ ਦੇ ਦੌਰਾਨ ਪੱਟੀ ਦੇ ਵਿੱਚ ਚੱਲੀ ਹੈ ਗੋਲੀ, ਇੱਕ ਨਹੀਂ ਬਲਕਿ ਬਹੁਤ ਸਾਰੀਆਂ ਗੋਲੀਆਂ ਚੱਲੀਆਂ ਨੇ। ਔਰ ਪਹਿਲਾਂ ਪੱਟੀ ਦਾ ਉਹ ਪੂਰੇ ਦਾ ਪੂਰਾ ਮੈਂ ਵੀਡੀਓ ਦਿਖਾਉਣਾ ਚਾਹੁੰਦਾ ਜਿਸ ਦੇ ਵਿੱਚ ਗੋਲੀ ਚੱਲੀ ਹੈ ਔਰ ਗੋਲੀ ਚੱਲਣ ਦੀਆਂ ਆਵਾਜ਼ਾਂ ਆ ਰਹੀਆਂ ਨੇ। ਪਹਿਲਾਂ ਵੇਖੋ ਇਹ ਪੂਰਾ ਗੋਲੀ ਚੱਲਣ ਵਾਲਾ ਵੀਡੀਓ। ਔਰ ਦੋਸਤੋ, ਵੀਡੀਓ ਤੋਂ ਬਾਅਦ ਬਕਾਇਦਾ ਤੌਰ ਤੇ ਅਕਾਲੀਆਂ ਤੇ ਵਰਦੇ ਹੋਏ ਕਾਂਗਰਸੀ ਆਗੂ ਨੇ ਕੀ ਕਿਹਾ, ਸੁਣੋ ਤੁਸੀਂ। ਦੇਸ਼ ਪ੍ਰਤਾਪ ਨੂੰ ਦੇਸ਼ ਪ੍ਰਤਾਪ ਨੇ ਇਹਨਾਂ ਨੂੰ ਬਦਮਾਸ਼ੀ ਕਰਨ ਵਾਸਤੇ ਕਹਿ ਕੇ ਭੇਜਿਆ, ਆਪ ਉਹ ਕੈਰੋ ਭਵਨ ਤੇ ਬੈਠਾ ਰਿਹਾ ਔਰ ਉਹਨੇ ਸਾਰੇ ਗੁੰਡੇ ਭੇਜੇ ਨੇ, ਜਾ ਕੇ ਗੋਲੀ ਚਲਾਓ, ਜਾ ਕੇ ਲੜੋ, ਇਹ ਸਾਰੀ ਉਹਦੀ ਸ਼ਹਿ ਆ। ਹੁਣ ਸ਼ੁਰੂ ਤੋਂ ਉਹਨੂੰ ਆਦਤ ਹੈ ਗੁੰਡੇ ਪਾਲਣ ਦੀ, ਬਦਮਾਸ਼ ਪਾਲਣ ਦੇ, ਇਹ ਨਤੀਜਾ ਜਿਹਦੇ ਕਰਕੇ ਅੱਜ ਭੋਲੇ ਭਾਲੇ ਲੋਕ, ਮੈਂ ਪਿਛਲੇ ਡੇਢ ਸਾਲ ਤੋਂ ਕਦੇ ਕਿਸੇ ਨੂੰ ਭਾਵੇਂ ਅਕਾਲੀ ਆ ਕੋਈ ਕਾਂਗਰਸੀ ਕਦੇ ਕਿਸੇ ਨੂੰ ਲੜ ਨਹੀਂ ਦਿੱਤਾ ਔਰ ਕਦੇ ਕਿਸੇ ਨੂੰ ਨਜਾਇਜ਼ ਪਰਚੇ 'ਚ ਨਹੀਂ ਫਸਾਇਆ। ਪਰ ਜੇ ਕਿਸੇ ਨੇ ਬਦਮਾਸ਼ੀ ਕੀਤੀ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ, ਉਹਨਾਂ ਨੇ ਬਦਮਾਸ਼ੀ ਕੀਤੀ ਹੈ, ਉਹਨਾਂ ਨੇ ਸਾਡੇ ਲੋਕਤੰਤਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੇ ਚੋਣਾਂ ਦੇ ਵਿੱਚ। ਔਰ ਇੱਥੇ ਬਸ ਨਹੀਂ ਹੈ, ਜਿਸ ਤਰ੍ਹਾਂ ਕਾਂਗਰਸੀ ਅਕਾਲੀਆਂ 'ਤੇ ਇਲਜ਼ਾਮ ਲਾ ਰਹੇ ਨੇ, ਉਸੇ ਤਰ੍ਹਾਂ ਅਕਾਲੀ ਕਾਂਗਰਸੀਆਂ ਦੇ ਉੱਪਰ ਵੀ ਇਲਜ਼ਾਮ ਲਾ ਰਹੇ ਨੇ। ਗੁਰਦਾਸਪੁਰ ਦੀ ਖਬਰ ਲਈਏ, ਔਰ ਜਦੋਂ ਹੀ ਉਮੀਦਵਾਰ ਆਪਣੇ ਪਰਚੇ ਦਾਖਲ ਕਰਨ ਲਈ ਅੰਦਰ ਇੰਟਰ ਹੁੰਦੇ ਹੈ ਔਰ ਦੋਨਾਂ ਪਾਸਿਆਂ ਤੋਂ ਹੋ ਜਾਂਦੀ ਹੈ ਪੱਥਰਾਓ, ਪੱਥਰਬਾਜ਼ੀ ਹੁੰਦੀ ਹੈ। ਔਰ ਪੱਥਰਬਾਜ਼ੀ ਦੇ ਦੌਰਾਨ ਮੈਂ ਦੱਸਣਾ ਚਾਹੁੰਦਾ ਕਿ ਪਹਿਲਾਂ ਪੱਟੀ ਵਿੱਚ ਚੱਲੀ ਗੋਲੀ ਦੇ ਵਿੱਚ 25 ਲੋਕ ਜ਼ਖਮੀ ਹੋ ਚੁੱਕੇ ਨੇ ਔਰ ਇਸੇ ਤਰ੍ਹਾਂ ਹੀ ਜਿੱਥੇ ਪੱਥਰਬਾਜ਼ੀ ਹੋਈ ਹੈ ਉੱਥੇ ਵੀ ਕੁਝ ਲੋਕ ਜ਼ਖਮੀ ਹੋਏ ਨੇ। ਲੇਕਿਨ ਹੁਣ ਇੱਥੇ ਅਕਾਲੀਆਂ ਨੇ ਬਕਾਇਦਾ ਤੌਰ 'ਤੇ ਕਾਂਗਰਸ ਦੇ ਉੱਪਰ ਇਲਜ਼ਾਮ ਲਾਏ ਨੇ, ਔਰ ਕੀ ਇਲਜ਼ਾਮ ਲਾਏ ਨੇ ਉਹ ਸੁਣੋ ਤੁਸੀਂ ਵੀ। ਸ਼ਰੇਆਮ ਇੱਥੇ ਗੋਲੀਆਂ ਚੱਲਣ ਡੀਆਂ, ਸ਼ਰੇਆਮ ਲੋਕਾਂ ਦੀਆਂ ਫਾਈਲਾਂ ਖੋ ਸੰਪਤੀ ਦੀਆਂ ਭੱਜਣ ਡਏ ਨੇ ਔਰ ਕਿਸੇ ਨੂੰ ਅੱਜ ਭਾਵੇਂ ਪੁਲਿਸ ਆ ਭਾਵੇਂ ਸਿਵਲ ਐਡਮਿਨਿਸਟ੍ਰੇਸ਼ਨ ਆ ਕਿਸੇ ਨੂੰ ਇੱਥੇ 20 ਗੋਲੀਆਂ ਘੱਟੋ ਘੱਟ ਕੰਪਲੈਕਸ ਚੱਲੀਆਂ ਹੋਣੀਆਂ। ਪੁਲਿਸ ਜਿਹੜੀ ਆ ਤੁਹਾਡੇ ਸਾਹਮਣੇ ਖਲੋਤੀ, ਇੱਥੇ ਬੜਾ ਵਧੀਆ ਕੰਮ ਚੱਲਣ ਡਿਆ ਸੀ। ਕੁੱਲ ਆ ਜਿਹੜੇ ਅਗਨੀਹੋਤਰੀ ਦੇ ਗੁੰਡੇ ਜਿਹੜੇ ਇਹਨੇ ਪਾਲੇ ਆ, ਇਹਨੂੰ ਇਹ ਨਹੀਂ ਪਤਾ ਵੀ ਇਹ ਜਿਹੜੀ ਅੱਗ ਆ ਜਿਹੜੀ ਆ ਇਹ ਮੁੜ ਕੇ ਆਪ ਨੂੰ ਆਉਂਦੀ ਆ। ਅੱਜ ਵੀ ਕਿਸੇ ਸਾਡੇ ਕਾਂਗਰਸੀ ਵਰਕਰ ਦੇ ਕੋਲੋਂ ਕੋਈ ਗੱਲ ਨਹੀਂ ਹੋਈ ਔਰ ਜਿਹੜੀ ਗੱਲ ਹੋਈ ਤੁਹਾਡੇ ਸਾਹਮਣੇ ਹੀ ਆ। ਜਿਹੜੇ ਜਿਹੜੇ ਨਾ ਹੋਣਗੇ ਪਤਾ ਲੱਗ ਜਾਏਗਾ ਜਿਹੜੇ ਜਿਹੜੇ ਕੀਤਾ ਵਾ, ਔਰ ਬੜੀ ਮਾੜੀ ਗੱਲ ਹੈਗੀ ਸਾਡੇ ਵੱਲੋਂ ਨਹੀਂ, ਇਹ ਹਮੇਸ਼ਾ ਅਕਾਲੀ ਦਲ ਕਰਦਾ ਰਿਹਾ ਔਰ ਅਕਾਲੀ ਦਲ ਨੇ ਅੱਜ ਵੀ ਕੀਤਾ। ਕਲਾਨੌਰ ਅਤੇ ਡੇਰਾ ਬਾਬਾ ਨਾਨਕ ਦੇ ਵਿੱਚ ਆਪਣੀਆਂ ਐਪਲੀਕੇਸ਼ਨ ਦੇ ਕੇ ਜਾਣ ਡਏ ਸੀਗੇ, ਇਹਨਾਂ ਨੇ ਅੱਜ ਉੱਥੇ ਪੂਰਾ ਇਹਨਾਂ ਨੇ ਗੁੰਡਾ ਰਾਜ ਕੀਤਾ ਔਰ ਉਹਦੇ ਲਈ ਅਸੀਂ ਇਹਨਾਂ ਨੂੰ ਚਲਾਓ ਕਮਿਸ਼ਨ ਨੂੰ ਇਹ ਅਸੀਂ ਬੇਨਤੀ ਕਰਦੇ ਹਾਂ ਕਿ ਜਿੰਨਾ ਚਿਰ ਇਸ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਉਹਨੂੰ ਇਸ ਇਲੈਕਸ਼ਨ ਨੂੰ ਕੈਂਸਲ ਕਰਨ, ਸਾਡੀਆਂ ਐਪਲੀਕੇਸ਼ਨਾਂ ਲੈਣ ਅਤੇ ਉਸ ਇਲੈਕਸ਼ਨ ਉਹ ਤੋਂ ਬਾਅਦ ਅਸੀਂ ਇਹ ਜਿਹੜੀ ਹੈਗੀ ਸਾਡੀ ਇਲੈਕਸ਼ਨ ਨਵੀਂ ਹੋਵੇ ਫਿਰ ਅਸੀਂ ਇਹਦੇ ਤੋਂ ਅਸੀਂ ਕਰਾਂਗੇ। ਬਿਲਕੁਲ ਜੀ, ਬਿਲਕੁਲ, ਇਲਜ਼ਾਮ ਸ਼ੁਰੂ ਹੋ ਚੁੱਕੇ ਨੇ ਔਰ ਪੁਲਿਸ ਦਾ ਬਹੁਤ ਅਹਿਮ ਰੋਲ ਹੈ ਕਿ ਸ਼ਾਂਤਮਈ ਤਰੀਕੇ ਨਾਲ ਮਤਲਬ ਇਹਨਾਂ ਚੋਣਾਂ ਨੂੰ ਕਰਵਾਉਣਾ। ਹੁਣ ਵੇਖਣਾ ਤਾਂ ਇਹੀ ਹੈ ਦੋਸਤੋ ਕਿ ਆਖਰ ਭਵਿੱਖ ਦੇ ਵਿੱਚ ਇਹ ਚੋਣਾਂ ਜਿਹੜੀਆਂ ਹੈ ਉਹ ਕਿਸ ਤਰੀਕੇ ਨਾਲ ਹੁੰਦੀਆਂ ਨੇ, ਕਿ ਚੋਣਾਂ ਸ਼ਾਂਤਮਈ ਤਰੀਕੇ ਨਾਲ ਹੋਣਗੀਆਂ ਜਾਂ ਉਸ ਦਿਨ ਵੀ ਕੋਈ ਹੋ ਸਕਦੀ ਹੈ ਗੜਬੜ। ਫਾਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।